ਕਹਿੰਦੇ ਨੇ ਧੀ ਦਾ ਕੰਨਿਆਦਾਨ ਕਰਨਾ ਕਿਸੇ ਪੁੰਨ ਖੱਟਣ ਤੋਂ ਘੱਟ ਨਹੀਂ ਹੁੰਦਾ। ਅੱਜ ਤੁਹਾਨੂੰ ਅਸੀਂ ਅਜਿਹੇ ਟਰੱਸਟ ਬਾਰੇ ਦੱਸਾਂਗੇ ਜਿਸ ਨੇ ਪਿਛਲੇ 19 ਸਾਲਾਂ 'ਚ 200 ਤੋਂ ਵੱਧ ਕੁੜੀਆਂ ਦਾ ਵਿਆਹ ਕਰਵਾਇਆ। NRI ਚੈਰੀਟੇਬਲ ਟਰੱਸਟ ਬਠਿੰਡਾ ਵੱਲੋਂ ਹਰ ਸਾਲ 11 ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਨੇ। ਇਹ ਉਹ ਗਰੀਬ ਲੜਕੀਆਂ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਰੀਬੀ ਕਾਰਨ ਵਿਆਹ ਕਰਨ ਵਿੱਚ ਅਸਮਰਥ ਨੇ। ਉਹਨਾਂ ਲੜਕੀਆਂ ਨੂੰ ਅਤੇ ਲੜਕੀਆਂ ਦੀ ਚੋਣ ਕਰਕੇ 1 ਫਰਵਰੀ ਨੂੰ ਹਰ ਸਾਲ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਵਿਖੇ ਉਹਨਾਂ ਦਾ ਵਿਆਹ ਕਰਵਾਇਆ ਜਾਂਦਾ ਹੈ। ਟਰੱਸਟ ਦੇ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 19 ਸਾਲ ਪਹਿਲਾਂ ਅਸੀਂ ਇਹ ਸੰਸਥਾ ਲੋਕਲ ਸੰਸਥਾਵਾਂ ਨਾਲ ਜੁੜ ਕੇ ਸ਼ੁਰੂ ਕੀਤੀ ਸੀ। ਸੰਸਥਾ ਦੇ ਮੈਂਬਰ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋੜਵੰਦ ਲੜਕੇ ਅਤੇ ਲੜਕੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਵਿਆਹ ਲਈ ਚੋਣ ਕਰਦੇ ਨੇ ਜਿਸ ਦਾ ਸਾਰਾ ਖਰਚਾ ਟਰੱਸਟ ਵੱਲੋਂ ਚੁੱਕਿਆ ਜਾਂਦਾ ਹੈ। NRI ਚੈਰੀਟੇਬਲ ਟਰੱਸਟ ਵੱਲੋਂ ਅਸੀਂ ਇਹ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਹਾਂ। ਅੱਜ ਤੋਂ 19 ਸਾਲ ਪਹਿਲਾਂ ਸ਼ੁਰੂ ਕੀਤੀਆਂ ਸੀ, ਸਾਡਾ 19ਵਾਂ ਇਹ ਪ੍ਰੋਗਰਾਮ ਹੈ ਅਤੇ ਹਰ ਸਾਲ 11 ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ। ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਉਸ ਟਾਈਮ 'ਤੇ ਅਸੀਂ ਨਾਲ ਟ੍ਰਾਈਸਾਈਕਲ ਅਤੇ ਇੱਕ ਐਂਬੂਲੈਂਸ ਵੀ ਨਾਲ ਫਰੀ ਪਾਈ ਵੀ ਸੀ। ਲੋੜ ਦੇ ਮੁਤਾਬਕ ਹੌਲੀ ਹੌਲੀ ਜਦੋਂ ਪਤਾ ਲੱਗਾ ਵੀ ਟ੍ਰਾਈਸਾਈਕਲਾਂ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ, ਉਹ ਬੰਦ ਕਰਤੇ ਸੀਗੇ ਅਤੇ ਐਂਬੂਲੈਂਸ ਦਾ ਵੀ ਅਸੀਂ ਬੰਦ ਕਰਤਾ ਸੀਗਾ। ਅਤੇ ਜਿਹੜਾ ਇਹ ਵਿਆਹਾਂ ਸਿਲਸਿਲਾ ਹੈ ਇਹ ਲਗਾਤਾਰ ਸ਼ੁਰੂ ਹੋਇਆ। ਸਿਲੈਕਸ਼ਨ ਕਿਵੇਂ ਕਰਦੇ ਹੋ ਤੁਸੀਂ ਬੱਚੀਆਂ ਦੀ? ਇੱਥੇ ਸਾਡੀ ਜੀ ਇੱਕ ਭਾਈ ਘਨੱਈਆ ਦੇ ਚੈਰੀਟੇਬਲ ਫਾਊਂਡੇਸ਼ਨ ਹੈ, ਜਿਹੜੇ ਉਹਦੇ ਵਰਕਰ ਨੇ ਉਹ ਉਹਦੇ ਫੋਨ ਨੰਬਰ ਦਿੱਤੇ ਹੋਏ ਨੇ, ਲੜਕੀਆਂ ਵਾਲੇ ਉਹਨਾਂ ਨੂੰ ਅਪਰੋਚ ਕਰ ਦੇਣਾ, ਫਿਰ ਇਹ ਸਾਡੇ ਜਿਹੜੇ ਮੈਂਬਰ ਨੇ ਜਾ ਕੇ ਪਿੰਡ ਦੇ ਵਿੱਚ ਪਤਾ ਕਰ ਦੇਣਾ ਕਿ ਵਾਕਈ ਇਹ ਪਰਿਵਾਰ ਹੈ ਜਿਹੜਾ ਲੋੜਵੰਦ ਹੈ, ਤਾਂ ਜਦੋਂ ਉਹਨਾਂ ਦੀ ਤਸੱਲੀ ਹੁੰਦੀ ਹੈ ਤਾਂ ਫਿਰ ਉਹ ਲੜਕੇ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ। ਇਹ ਅੱਜ ਦੇ ਸਣੇ ਜੀ 209 ਹੋ ਗਏ। ਦੇਖੋ ਜੀ, ਅਸੀਂ ਕਦੇ ਵੀ ਸੋਚ ਕੇ ਇਹ ਨਹੀਂ ਲਾਇਆ ਵੀ ਅਸੀਂ 1 ਲੱਖ ਲਾਉਣਾ ਹੈ ਜਾਂ 1.5 ਲੱਖ ਲਾਉਣਾ ਹੈ। ਅਸੀਂ ਜੋ ਅੱਜ ਤੋਂ 50 ਸਾਲ ਪਹਿਲਾਂ ਇੱਕ ਜ਼ਿਮੀਂਦਾਰ ਪਿੰਡਾਂ ਦੇ ਵਿੱਚ ਮੈਂ ਛੋਟੇ ਹੁੰਦੇ ਵੇਖਿਆ ਹੈ, ਆਪਦੀ ਬੱਚੀ ਨੂੰ ਸਮਾਨ ਦਿੰਦਾ ਸੀ, ਉਹ ਸਾਰਾ ਸਮਾਨ ਅਸੀਂ ਬੱਚਿਆਂ ਨੂੰ ਖਰੀਦ ਕੇ ਦਿੰਦੇ ਹਾਂ। ਉਹਦੇ 'ਚ ਅਸੀਂ ਕਦੇ ਭਾਅ ਦਾ ਬਾਰੇ ਨਹੀਂ ਸੋਚਦੇ, ਅਸੀਂ ਉਹਦੀ ਕੁਆਲਿਟੀ ਦੇਖਦੇ ਹਾਂ ਵੀ ਬੱਚਿਆਂ ਦੇ ਸਮਾਨ ਕੰਮ ਆਵੇ। ਦੇਖੋ ਜੀ, ਅੱਜ ਤੱਕ ਤਾਂ ਕੋਈ ਆਈ ਨਹੀਂ ਗੀ, ਇੱਕ ਬੱਚੀ ਦੀ ਆਈ ਸੀਗੀ, ਉਹ ਸਾਡੇ ਬੰਦੇ ਗਏ ਸੀਗੇ ਤਾਂ ਉਹ ਪਰਮਾਤਮਾ ਦੀ ਕਿਰਪਾ ਨਾਲ ਸੋਲਵ ਹੋ ਗਈ ਸੀ। ਜੇ ਪਰਮਾਤਮਾ ਨੇ ਕਿਰਪਾ ਰੱਖੀ ਤਾਂ ਜ਼ਰੂਰ ਚੱਲਦਾ ਰਹੂਗਾ ਜੀ। ਦੇਖੋ, ਸਮਾਜ ਦੇ ਵਿੱਚ ਜਾਂ ਕੋਈ ਵੀ ਧਰਮ ਹੈ, ਜਿਹੜਾ ਚਾਹੇ ਉਹ ਸਿੱਖ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਮੁਸਲਮਾਨ ਹੈ, ਇਸਾਈ ਹੈ, ਉਹਦੇ ਵਿੱਚ ਇੱਕ ਗ੍ਰਿਸ਼ਤੀ ਜੀਵਨ ਨੂੰ ਬਹੁਤ ਵੱਡੀ ਪਹਿਲ, ਜਿੱਥੇ ਸਾਡੇ ਗੁਰੂਆਂ ਨੇ ਪਹਿਲ ਦਿੱਤੀ ਹੈ ਵੀ ਗ੍ਰਿਸ਼ਤੀ ਜੀਵਨ ਹੋ ਕੇ ਜਿੱਥੇ ਪਰਉਪਕਾਰ ਕਰਨਾ ਔਰ ਪਰਿਵਾਰ ਨੂੰ ਵਧਾਉਣਾ, ਸੇਵਾ ਸਿਮਰਨ, ਉਹਦੇ ਵਿੱਚ ਸਾਰੀਆਂ ਗੱਲਾਂ ਆ ਜਾਂਦੀਆਂ। ਪਰ ਜਿਹੜੀ ਇਹ ਸੰਸਥਾ ਜਿਹੜੀ ਜੋ 19 ਸਾਲ ਤੋਂ ਇਹ ਸੇਵਾ ਨਿਭਾ ਰਹੀ ਹੈ ਲੋੜਵੰਦ ਬੱਚੇ ਬੱਚੀਆਂ ਦੀਆਂ, ਸਮਾਜ ਦੇ ਵਿੱਚ ਜਿਹੜੇ ਸਾਡੇ ਕੰਮ ਕਰਨ ਵਾਲੇ ਹੈ, ਭਾਵੇਂ ਸੰਸਥਾ ਬਹੁਤ ਵੱਡੇ ਵੱਡੇ ਕੰਮ ਕਰ ਰਹੀਆਂ ਨੇ, ਪਰ ਜਿਹੜੀ ਇਹੋ ਜਿਹੀ ਸੰਸਥਾ ਹੈ ਉਹ ਐਸਾ ਵਧੀਆ ਇੱਕ ਕੰਮ ਕਰ ਰਹੀ ਹੈ 19 ਸਾਲ ਤੋਂ ਵੀ, ਇੱਕ ਕਿਸੇ ਦਾ ਘਰ ਵਸਾਉਣਾ, ਪਰਿਵਾਰ ਨੂੰ ਗਾਹਾਂ ਵਧਾਉਣਾ ਉਹਦੀ ਅਣਸ ਵਣਸ ਨੂੰ, ਔਰ ਲੋੜਵੰਦ ਜਿਹੜੀਆਂ ਬੱਚੀਆਂ ਬੱਚੇ ਹੈ ਉਹਨਾਂ ਦਾ ਆਨੰਦ ਕਾਰਜ ਕਰਵਾਉਣਾ ਸਾਡੇ ਧਰਮ ਮੁਤਾਬਕ ਵੀ ਇੱਕ ਸਮੇਤ ਜੱਗ ਦਾ ਵੱਡਾ ਫਲ ਹੈ ਇਹ ਜੋ ਇਹ ਸੰਸਥਾ ਕਰ ਰਹੀ ਹੈ। ਮੈਂ ਇਹੀ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਪ੍ਰਯੋਗ ਵੀ ਅਸੀਂ ਜਿੱਥੇ ਹੋਰ ਕਾਰਜ ਕਰਦੇ ਸਾਨੂੰ ਦਸਵੰਧ ਕੱਢਣਾ ਚਾਹੀਦਾ ਹੈ ਤਾਂ ਕਿ ਇਹੋ ਜਿਹੇ ਕਾਰਜ
ਜਿਹੜੇ ਭਾਈ ਘਨੱਈਆ ਚੈਰੀਟੇਬਲ ਜਾਂ ਇਹ ਫਾਊਡਰੇਸ਼ਨ ਜਿਹੜਾ ਬਠਿੰਡਾ ਐਨ ਆਰ ਆਈ, ਮੇਰੇ ਭਰਾ ਜਿਹੜੇ ਐਨ ਆਰ ਆਈ ਨੇ ਅਤੇ ਸਾਡੇ ਲੋਕਲ ਬਠਿੰਡਾ ਜ਼ਿਲ੍ਹੇ ਦੇ, ਮੈਂ ਕਹੂੰਗਾ ਹੋਰ ਲਾਗੇ ਛਾਗੇ ਸ਼ਹਿਰਾਂ ਦੇ ਵਿੱਚੋਂ ਜਿਹੜੇ ਪੜ੍ਹੇ ਲਿਖੇ ਰਿਟਾਇਰ ਅਫਸਰ ਜਾਂ ਸਮਾਜ ਸੇਵਕ ਨੇ ਜਿਹੜੇ, ਉਹ ਰਲ ਕੇ ਜਿਹੜਾ ਕੰਮ ਕਰਦੇ ਨੇ, ਬੱਚੀਆਂ ਨੂੰ ਪਰਿਵਾਰ ਟੋਲਣੇ ਦੇਖਣਾ, ਫਿਰ ਇਕੱਤਰ ਕਰਕੇ ਫਿਰ ਸਾਰੀ ਸਮੱਗਰੀ ਤਿਆਰ ਕਰਨੀ, ਉਹਨਾਂ ਦਾ ਇੱਕ ਵਾਰੀ ਮੈਂ ਕਹੂੰਗਾ ਵੀ ਜੋ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੱਕ ਘਰ ਦੇ ਵਿੱਚ ਜਿਹੜੀਆਂ ਲੋੜਵੰਦ ਚੀਜ਼ਾਂ ਉਹ ਸਾਰੀਆਂ ਸੁਵਿਧਾ ਕਰਵਾ ਕੇ, ਔਰ ਗੁਰੂ ਘਰ ਦੇ ਵਿੱਚ ਬਠਿੰਡਾ ਜੋ ਮਾਡਲ ਟਾਊਨ ਗੁਰਦੁਆਰੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਮਾਗਮ ਰੱਖਿਆ ਜਾਂਦਾ ਹੈ, ਐਤਕੀ ਵੀ ਰੱਖਿਆ, ਔਰ 11 ਲੜਕੀਆਂ ਜਿਹੜੇ ਆਨੰਦ ਕਾਰਜ ਕਰਵਾਏ ਨੇ, ਅਤੇ ਸਮਾਜ 'ਚ ਇਹੀ ਮੇਰੀ ਬੇਨਤੀ ਹੈ ਵੀ ਦਸਵੰਧ ਕੱਢੋ, ਕੱਢ ਕੇ ਦਸਵੰਧ ਲੋੜਵੰਦ ਸਮਾਜ ਦੇ ਵਿੱਚ ਇੱਕ ਕਿਸੇ ਦਾ ਘਰ ਵਸਾਉਣਾ, ਪਰਿਵਾਰ ਵਸਾਉਣਾ, ਵੱਡਾ ਉਹਦੇ ਹੱਕ ਨੂੰ ਗ੍ਰਿਸ਼ਤੀ ਜੀਵਨ ਦੇ ਵਿੱਚ ਵਾਧਾ ਕਰਨਾ, ਉਹ ਇਸ ਸਮਾਜ ਦੇ ਵਿੱਚ ਸਾਡੇ ਜਿਹੜੇ ਐਨ ਆਰ ਆਈ ਮੇਰੇ ਵੀਰ ਨੇ ਅਤੇ ਜਿੰਨੇ ਲੋਕਲ ਜਿੰਨੀਆਂ ਵੀ ਸੇਵਾਦਾਰ ਨੇਗੇ, ਚਾਹੇ ਉਹ ਵੱਡਾ ਅਹੁਦਾ ਚਾਹੇ ਕੋਈ ਛੋਟਾ ਹੈ, ਪ੍ਰਧਾਨ ਹੈ, ਸੇਵਕ ਹੈ, ਉਹ ਰਲ ਕੇ ਇਹ ਕਾਰਜ ਕਰ ਰਹੇ। ਅੱਜ ਬਹੁਤ ਵੱਡਾ ਇੱਕ ਕਾਰਜ ਕੀਤਾ, ਵੱਡਾ ਸਮੇਤ ਜੱਗ ਹੋਇਆ ਹੈ ਜਿਹਦੇ ਵਿੱਚ 11 ਲੜਕੀਆਂ ਦੇ, ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਹੋਏ ਨੇ। ਗੁਰਮਤ ਅਨੁਸਾਰ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ, ਐਨ ਆਰ ਆਈ ਔਰ ਲੋਕਲ ਜਿੰਨੀਆਂ ਸੰਗਤਾਂ, ਮੈਂ ਉਹਨਾਂ ਦਾ ਬਹੁਤ ਬਹੁਤ ਆਪਣੀ ਸੰਸਥਾ ਵੱਲੋਂ ਧੰਨਵਾਦ ਕਰਦਾ, ਔਰ ਜਿਨ੍ਹਾਂ ਨੇ ਯੋਗਦਾਨ ਪਾਇਆ ਅਤੇ ਪਾਉਣਾ ਚਾਹੀਦਾ। ਇਹ ਸਾਡੇ ਗੁਰੂਆਂ ਦਾ, ਸਾਡੇ ਪੀਰਾਂ ਦਾ, ਸਾਡੇ ਸਮਾਜ ਦਾ ਵੱਡਾ ਇੱਕ ਅੰਗ ਹੈ, ਵੱਡਾ ਇੱਕ ਹਿੱਸਾ, ਇਹਦੇ ਵਿੱਚ ਯੋਗਦਾਨ ਪਾ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ।